ਹਾਂਜੀ, ਕੀ ਹਾਲ ਚਾਲ ਸਾਰਿਆਂ ਦਾ? ਇੱਕ ਜ਼ਰੂਰੀ ਤੁਹਾਡੇ ਨਾਲ ਜਿਹੜੀ ਆ ਨਿਊਜ਼ ਸ਼ੇਅਰ ਕਰਨੀ ਸੀਗੀ, ਤਾਂ ਕਿ ਸਾਰਿਆਂ ਨੂੰ ਇਹ ਗੱਲ ਦਾ ਜਿੱਦਾਂ ਉਹਨਾਂ ਦੇ ਦਿਮਾਗ 'ਚ ਰਹੇ ਇਹ ਗੱਲ, ਜਿਹੜੇ ਵੀ ਵੀਰ ਤੁਸੀਂ ਕਿਸੇ ਵੀ ਕੰਟਰੀ ਤੋਂ ਜਾਂਦੇ ਆ ਨਾ, ਮੰਨ ਲਓ ਤੁਸੀਂ ਮੋਸਟਲੀ ਹੁਣ ਜਿਹੜੀ ਜਨਤਾ ਜਾ ਰਹੀ ਆ ਅਰਮਾਨੀਆ ਬਲਗਾਰੀਆ ਤੋਂ ਇਹ ਜਾ ਰਹੇ ਆ, ਮੂਵ ਹੋ ਰਹੇ ਹੋਰ ਕੰਟਰੀਆਂ ਦੇ ਵਿੱਚ, ਯੂਰਪ ਦੇ ਜਿਹੜੇ ਸ਼ੈਂਗਨ ਜਾਂਦੇ ਹੋਰ ਕੰਟਰੀ, ਹਰ ਬੰਦੇ ਦਾ ਆਪੋ ਆਪਣਾ ਹੈ ਨਾ ਸਿਸਟਮ ਹੁੰਦਾ, ਆਪੋ ਆਪਣਾ ਡ੍ਰੀਮ ਹੁੰਦਾ ਜਾਂ ਕੁਝ ਮਜਬੂਰੀਆਂ ਹੁੰਦੀਆਂ ਕਿ ਉਹਦੇ ਕਰਕੇ ਉਹਨੂੰ ਜਾਣਾ ਪੈਂਦਾ ਵਾ। ਵੀ ਹੁਣ ਅਰਮਾਨੀਆ ਦੇ ਵਿੱਚ ਇਹ ਹਾਲਾਤ ਹੋਏ ਆ ਕਿ ਕੰਪਨੀਆਂ ਵਗੈਰਾ ਜਿਹੜੀਆਂ ਵਾ ਵਧੀਆ ਨਹੀਂ ਹੈਗੀਆਂ, ਫਿਰ ਇਹ ਤੋਂ ਇਲਾਵਾ ਕੰਟਰੈਕਟ ਦੀ ਪ੍ਰੋਬਲਮ, ਫਿਰ TRC ਕਾਰਡ ਦੀ ਪ੍ਰੋਬਲਮ, ਉਹਨਾਂ ਚੀਜ਼ਾਂ ਦੇ ਵਿੱਚ ਫਿਰ ਬੰਦਾ ਨਹੀਂ, ਬੰਦੇ ਦਾ ਸੂਤ ਆਉਂਦਾ ਬੰਦਾ ਜਾਂਦਾ ਵਾ। ਠੀਕ ਆ, ਮੋਸਟਲੀ ਜੇ ਕੋਸ਼ਿਸ਼ ਕਰੋ, ਜਿਹੜੇ ਵੀ ਵੀਰ ਅਰਮਾਨੀਆਂ ਬਲਗਾਰੀਆਂ ਤੋਂ ਜਾ ਰਹੇ ਆ ਨਾ, ਜਿਹੜੇ ਇੱਥੋਂ ਮਤਲਬ ਐਗਜ਼ਿਟ ਹੋ ਰਹੇ, ਇੱਥੋਂ ਮੂਵ ਹੋ ਰਹੇ ਕਿਸੇ ਹੋਰ ਕੰਟਰੀ 'ਚ, ਕੋਸ਼ਿਸ਼ ਕਰੋ ਉੱਥੇ ਜਾਓ ਜਿੱਥੇ ਤੁਹਾਡੇ ਪੇਪਰ ਬਣ, ਮਤਲਬ ਕਿ ਇਟਲੀ ਚਲੇ ਜਾਓ, ਉਸ ਤੋਂ ਬਾਅਦ ਪੁਰਤਗਾਲ ਚਲੇ ਜਾਓ, ਸਪੇਨ ਚਲੇ ਜਾਓ, ਜਿੱਥੇ ਤੁਹਾਡੇ ਪੇਪਰ ਵਗੈਰਾ ਜਿਹੜੇ ਬਣ ਜਾਣ। ਇਹਨਾਂ ਕੰਟਰੀਆਂ ਦੇ ਵਿੱਚ ਇੱਕ ਖਾਸ ਗੱਲ ਇਹ ਆ, ਇਸ ਤੋਂ ਇਲਾਵਾ ਫਰਾਂਸ ਹੋ ਗਿਆ, ਕਿ ਇੱਥੇ ਜਿਹੜੀ ਆ ਪੁਲਿਸ ਜ਼ਿਆਦਾਤਰ ਜਿੱਦਾਂ ਬੰਦਿਆਂ ਨੂੰ ਫੜਦੀ ਨਹੀਂ ਹੈਗੀ, ਜੇ ਤੁਸੀਂ ਪੇਪਰ ਲੌਕ ਵਗੈਰਾ ਕਰਾ ਲੈਂਦੇ ਪੁਰਤਗਾਲ ਦੇ ਵਿੱਚ ਪੁਲਿਸ ਨਹੀਂ ਹੱਥ ਪਾਉਂਦੀ, ਇਟਲੀ ਦੇ ਵਿੱਚ ਵੀ ਪੁਲਿਸ ਇੰਨਾ ਹੱਥ ਨਹੀਂ ਪਾਉਂਦੀ ਹੈਗੀ। ਇਹ ਉਹ ਕੰਟਰੀ ਆ ਜਿੱਥੇ ਜਿਹੜੇ ਪੇਪਰ ਵੀ ਦਿੰਦੇ ਆ ਅਤੇ ਪੁਲਿਸ ਵੀ ਐਡਾ ਕੋਈ ਜ਼ਿਆਦਾ ਐਕਸ਼ਨ ਨਹੀਂ ਲੈਂਦੀ ਹੈਗੀ। ਹਾਂ, ਕੋਈ ਕ੍ਰਿਮੀਨਲ ਕ੍ਰਾਈਮ ਜਾਂ ਕੋਈ ਵੱਡੀ ਗੱਲਬਾਤ ਹੋਵੇ ਤਾਂ ਹੁੰਦਾ, ਪਰ ਨੋਰਮਲੀ ਜੇ ਤੁਸੀਂ ਕੰਮ ਤੋਂ ਆ ਰਹੇ ਹਾਂ ਜਾ ਰਹੇ ਹੋ ਤਾਂ ਕੋਈ ਇਸ਼ੂ ਨਹੀਂ ਹੁੰਦਾ ਹੈਗਾ। ਸੋ ਕੋਸ਼ਿਸ਼ ਕਰੋ ਇਹਨਾਂ ਕੰਟਰੀਆਂ ਦੇ ਵਿੱਚ ਜੇ ਤੁਹਾਨੂੰ ਕੰਮ ਮਿਲਦਾ ਅਤੇ ਕੰਮ ਕਰਨ ਦੀ। ਹੁਣ ਜਿਹੜੀ ਮੇਨ ਗੱਲ ਆ, ਜਿਹੜੀ ਗੱਲ ਤੁਹਾਡੇ ਨਾਲ ਮੈਂ ਕਰਨੀ ਚਾਹੁੰਦਾ, ਥੋੜ੍ਹਾ ਟਾਈਮ ਪਹਿਲਾਂ ਇੱਥੋਂ ਮੁੰਡੇ ਗਏ ਸੀਗੇ, ਜਿਹੜੇ ਅਨਲੀਗਲ ਗਏ ਸੀਗੇ, ਅਨਲੀਗਲ ਬਾਰਡਰ ਕਰੋਸਿੰਗ ਕਰਕੇ ਜਿਹੜੇ ਇੱਥੋਂ ਗਏ ਸੀਗੇ। ਇੱਕ ਮੁੰਡਾ ਸੀਗਾ ਜਿਹੜਾ ਇੱਥੋਂ ਗਿਆ ਸੀਗਾ, ਉਹ ਗਿਆ ਸੀਗਾ ਇੱਥੋਂ, ਉਹ ਕੰਮ ਕਰਨ ਲੱਗ ਗਿਆ ਸੀਗਾ ਹੋਲੈਂਡ, ਜਿਹਨੂੰ ਨੀਦਰਲੈਂਡ ਕਹਿੰਦੇ, ਉੱਥੇ ਕੰਮ ਕਰਨ ਲੱਗ ਗਿਆ ਸੀਗਾ। ਤਕਰੀਬਨ ਉਹਨੇ 6-8 ਮਹੀਨੇ ਉੱਥੇ ਕੰਮ ਕੀਤਾ ਅਤੇ ਇੱਕ ਦਿਨ ਉਹ ਬੰਦਾ ਚੈੱਕ ਹੋ ਗਿਆ ਟ੍ਰੈਮ ਦੇ ਵਿੱਚ। ਵੀ ਉਹਦੇ ਕਿਸੇ ਦੋਸਤ ਨੇ ਮੈਨੂੰ ਜਿਹੜੀ ਆ ਜਿਹੜੀ ਮੈਨੂੰ ਖਬਰ ਦਿੱਤੀ ਆ, ਜਿਹੜੀ ਮੈਨੂੰ ਨਿਊਜ਼ ਦਿੱਤੀ ਆ, ਉਹਨੇ ਮੇਰੇ ਨਾਲ ਗੱਲਬਾਤ ਕੀਤੀ ਆ। ਉਸ ਮੁੰਡੇ ਨੂੰ ਜਦੋਂ ਪੁਲਿਸ ਨੇ ਫੜ ਲਿਆ ਟ੍ਰੈਮ ਦੇ ਵਿੱਚੋਂ, ਉਹ ਬੰਦਾ ਕੰਟਰੈਕਸ਼ਨ ਦਾ ਪਤਾ ਨਹੀਂ ਕਿਹੜਾ ਕੰਮ ਕਰਦਾ ਸੀਗਾ, ਦਿਹਾੜੀਦਾਰ ਸੀਗਾ ਵਿਚਾਰਾ, ਅਤੇ ਉਹਨੂੰ ਲਾ ਕੇ ਫਿਰ ਉਹਨਾਂ ਨੇ ਪੁੱਛਿਆ ਵੀ ਹਾਂ ਤੇਰੇ ਡਾਕੂਮੈਂਟ ਕਿੱਥੇ ਆ। ਉਹ ਕਹਿੰਦਾ ਵੀ ਮੇਰੇ ਕੋਲ ਡਾਕੂਮੈਂਟ ਹੈ ਨਹੀਂ ਆ। ਉਹਨੂੰ ਫਿਰ ਪੁਲਿਸ ਸਟੇਸ਼ਨ ਲੈ ਗਏ, ਪੁਲਿਸ ਸਟੇਸ਼ਨ ਜਦੋਂ ਲੈ ਕੇ ਗਏ, ਜਦੋਂ ਉਹਨੂੰ ਡਾਕੂਮੈਂਟ ਪੁੱਛੇ, ਚਲੋ ਉਹਨੇ ਨਾਮ ਵਗੈਰਾ ਰੋਂਗ ਦੱਸਿਆ, ਬਟ ਪੁਲਿਸ ਵਾਲੇ ਤੈਨੂੰ ਪਤਾ ਵੀ ਯੂਰਪ ਵਾਲੇ ਸਾਰੇ ਸਮਾਰਟ, ਡਿਜੀਟਲ ਸਾਰਾ ਕੁਝ ਹੈਗਾ ਵਾ। ਉਹਨਾਂ ਨੇ ਉਸ ਬੰਦੇ ਦੇ ਜਦੋਂ ਫਿੰਗਰ ਕੀਤੇ ਅਤੇ ਫਿੰਗਰ ਉਸ ਬੰਦੇ ਦੇ ਅਰਮਾਨੀਆਂ ਦੇ ਨਿਕਲ ਆਏ। ਉਹ ਇੰਡੀਆ ਤੋਂ ਅਰਮਾਨੀਆਂ ਵਰਕ ਪਰਮਿਟ 'ਤੇ ਆਇਆ ਸੀ, ਇੱਥੋਂ ਡੌਂਕੀ ਲਾ ਕੇ ਜਾਂ ਦੂਜੇ ਤੀਜੇ ਤਰੀਕੇ ਨਾਲ ਉਹ ਮੂਵ ਹੋ ਗਿਆ ਸੀ, ਕੰਮ ਕੁੰਮ ਕਰੀ ਜਾਂਦਾ ਸੀਗਾ। ਅਤੇ ਉੱਥੇ ਜਦੋਂ ਫਿੰਗਰ ਹੁਣ ਨਿਕਲੇ ਆ, ਹੁਣ ਉਹਨੂੰ ਉੱਥੇ ਅੰਦਰ ਜੇਲ੍ਹ ਦੇ ਵਿੱਚ ਰੱਖਿਆ ਵਾ, ਅਤੇ ਉਹਦੇ ਦੋਸਤਾਂ ਦੇ ਕਹਿਣ ਦੇ ਮੁਤਾਬਕ ਵੀ ਹੁਣ ਪੁਲਿਸ ਕਹਿੰਦੀ ਹੈ ਕਿ ਉਹਨੂੰ ਬੈਗ ਜਿਹੜਾ ਅਰਮਾਨੀਆਂ ਭੇਜਣਾ। ਹੁਣ ਅਰਮਾਨੀਆਂ ਦੇ ਵਿੱਚ ਦੋ ਤਰ੍ਹਾਂ ਦੇ ਨਾਲ ਜਿਹੜਾ ਵਾ ਕੰਮ ਹੁੰਦਾ, ਜੇ ਤੁਸੀਂ ਕਿਸੇ ਵੀ ਕੰਟਰੀ 'ਚ ਫੜੇ ਜਾਂਦੇ, ਮੰਨ ਲਓ ਨੀਦਰਲੈਂਡ ਦੇ ਵਿੱਚ ਜਿੱਦਾਂ ਹੁਣ ਫੜਿਆ ਗਿਆ ਮੁੰਡਾ, ਆਸਟ੍ਰੇਲੀਆ 'ਚ ਜੇ ਫੜ ਹੁੰਦਾ ਬੰਦਾ, ਇਸ ਤੋਂ ਇਲਾਵਾ ਨੋਰਵੇ ਕਿਸੇ ਵੀ ਕੰਟਰੀ ਦੇ ਵਿੱਚ ਇਹੋ ਜਿਹਾ ਕੰਟਰੀ ਜੇ ਬੰਦਾ ਫੜ ਹੁੰਦਾ ਵਾ, ਇਹ ਕੀ ਕਰਦੇ ਆ, ਜਿਸ ਕੰਟਰੀ ਦੇ ਜੇ ਤੁਹਾਡੇ ਫਿੰਗਰ ਅਰਮਾਨੀਆਂ ਦੇ ਨਿਕਲ ਆਏ, ਇਹਨਾਂ ਨੇ ਤੁਹਾਨੂੰ ਬੈਕ ਅਰਮਾਨੀਆਂ ਭੇਜਣਾ। ਠੀਕ ਹੈ, ਮਤਲਬ ਅਰਮਾਨੀਆਂ ਦੀ ਪੁਲਿਸ ਅਰਮਾਨੀਆਂ ਦੀ ਇਮੀਗ੍ਰੇਸ਼ਨ ਦੇ ਹਵਾਲੇ ਤੁਹਾਨੂੰ ਕਰ ਦੇਣਾ। ਇਹਦੇ 'ਚ ਦੋ ਹੁੰਦਾ, ਅਰਮਾਨੀਆਂ ਅਤੇ ਜਿਹੜਾ ਹੰਗਰੀ ਦਾ ਬਾਰਡਰ ਆ, ਉੱਥੇ ਦੋ ਕੈਂਪ ਆ, ਇੱਕ ਅਰਾਦ ਕੈਂਪ ਆ, ਰਿਫਿਊਜੀ ਕੈਂਪ, ਇੱਕ ਤਿਮੀਸ਼ੋਰਾ ਦੇ ਲਾਗੇ ਕੈਂਪ ਆ। ਜੇ ਤਾਂ ਤੁਹਾਡਾ ਲੱਕ ਚੰਗਾ ਵਾ, ਜੇ ਤੁਸੀਂ ਉਹਨਾਂ ਕੈਂਪਾਂ ਦੇ ਵਿੱਚ ਪਹੁੰਚ ਜਾਂਦੇ ਆ, ਅਤੇ ਉੱਥੇ ਇਹ ਕੀ ਕਰਦੇ ਆ, ਤੁਹਾਨੂੰ ਇੱਕ ਪੇਪਰ ਦੇ ਕੇ 15 ਦਿਨ ਦਾ 10 ਦਿਨ ਦਾ, ਕਹਿੰਦੇ ਕਿ ਤੁਸੀਂ ਆਪਣੇ ਕੰਟਰੀ ਵਾਪਸ ਚਲੇ ਜਾਓ, ਅਤੇ ਉਹ ਛੱਡ ਦਿੰਦੇ ਆ। ਬਟ ਜੇ ਤੁਹਾਡੀ ਕਿਸਮਤ ਮਾੜੀ ਆ, ਜੇ ਤੁਹਾਨੂੰ ਬੁਕਾਰੈਸਟ ਵਾਲੀ ਮੇਨ ਜੇਲ੍ਹ ਜਿਹੜੀ ਏਅਰਪੋਰਟ ਦੇ ਨੇੜੇ ਆ, ਉੱਥੇ ਜਿਹੜਾ ਹੈਗਾ ਵਾ ਕੈਂਪ ਵਾ, ਜੇ ਤੁਹਾਨੂੰ ਉੱਥੇ ਭੇਜਦੇ ਆ, ਉੱਥੇ ਤੁਹਾਨੂੰ ਪ੍ਰੋਬਲਮ ਆ ਜਾਂਦੀ ਆ। ਉੱਥੇ ਜੇ ਬੰਦਾ ਇੱਕ ਵਾਰੀ ਆ ਜਾਂਦਾ, ਤਾਂ ਬਹੁਤ ਘੱਟ ਚਾਂਸ ਆ, ਮਤਲਬ ਬਹੁਤ 99% ਚਾਂਸ ਆ ਕਿ ਬੰਦਾ ਉੱਥੋਂ ਨਹੀਂ ਨਿਕਲਣਾ। ਸੋ ਇਸ ਕਰਕੇ ਜਿਹੜਾ ਵੀ ਕੋਈ ਬੰਦਾ
ਜੇ ਤੁਸੀਂ ਕੰਮ ਕਰ ਰਹੇ ਹੋ ਜਾਂ ਮਤਲਬ ਇੱਥੋਂ ਮੂਵ ਹੋ ਰਹੇ ਹੋ, ਇਹੋ ਜਿਹੀਆਂ ਕੰਟਰੀਆਂ 'ਚ ਜਾਓ ਮਤਲਬ ਕਿ ਜਿੱਥੇ ਤੁਹਾਡੇ ਪੇਪਰ ਵਗੈਰਾ ਬਣ ਸਕਣ, ਜਿੱਥੇ ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਨਾ ਆਵੇ। ਸੋ ਇਸ ਚੀਜ਼ ਦਾ ਖਾਸ ਖਿਆਲ ਰੱਖੋ, ਕਿਉਂਕਿ ਇਮੀਗ੍ਰੇਸ਼ਨ ਜਿਹੜੀ ਆ ਪੂਰੇ ਯੂਰਪ ਦੇ ਜਿੰਨੇ ਵੀ ਕੰਟਰੀ ਆ ਬਹੁਤ ਸਖਤ ਹੋਈ ਆ, ਬਹੁਤ ਸਖਤ ਇਹ ਕਰਦੇ ਪਏ ਆ, ਚੈਕਿੰਗ ਪ੍ਰੋਪਰ ਚੱਲਦੀ ਪਈ ਆ ਮੋਸਟਲੀ ਇਹਨਾਂ ਕੰਟਰੀਆਂ 'ਚ, ਹੰਗਰੀ ਹੋ ਗਿਆ, ਇਸ ਤੋਂ ਬਾਅਦ ਆਸਟ੍ਰੇਲੀਆ ਹੋ ਗਿਆ, ਨੀਦਰਲੈਂਡ ਹੋ ਗਿਆ, ਫਿਰ ਨੋਰਵੇ ਵਗੈਰਾ ਹੋ ਗਿਆ, ਜਾਂ ਇਟਲੀ, ਡੈਨਮਾਰਕ ਜਿਹੜੀ ਕੰਟਰੀ ਆ, ਜਰਮਨ ਦੇ ਵਿੱਚ ਬਹੁਤ ਬਹੁਤ ਜਿਹੜੀ ਸਖਤਾਈ ਹੈ, ਜਰਮਨ ਦੇ ਵਿੱਚ ਈਵਨ ਜਿਹਨਾਂ ਕੋਲ ਪੇਪਰ ਆ, ਪੁਰਤਗਾਲ ਦੇ ਜਿਹੜੇ ਮੁੰਡੇ ਬਹੁਤ ਸਾਰੇ ਮੁੰਡੇ ਜਿਹੜੇ ਜਰਮਨ ਮੂਵ ਹੋਏ ਉੱਥੇ ਕੰਮ ਕਰਦੇ ਆ, ਉਹਨਾਂ ਦੀ ਵੀ ਕਈ ਵਾਰੀ ਚੈਕਿੰਗ ਹੋਈ ਆ, ਇੱਕ ਦੋ ਮੇਰੇ ਨੋਨ 'ਚ ਵੀ ਹੈਗੇ ਆ। ਸੋ ਜੇ ਤੁਹਾਡੇ ਕੋਲ ਪੇਪਰ ਆ ਕਿਸੇ ਕੰਟਰੀ ਦੇ, ਤੁਸੀਂ ਚਾਹੁੰਦੇ ਕਿ ਤੁਸੀਂ ਕਿਸੇ ਹੋਰ ਕੰਟਰੀ 'ਚ ਕੰਮ ਕਰੋ, ਤੁਹਾਨੂੰ ਚੰਗੇ ਪੈਸੇ ਮਿਲਣ, ਥੋੜ੍ਹਾ ਸੋਚ ਸਮਝ ਕੇ, ਕਿਉਂਕਿ ਬਾਅਦ ਵਿੱਚ ਤੁਹਾਨੂੰ ਜਿਹੜੀ ਆ ਪ੍ਰੋਬਲਮ ਨਾ ਹੋ ਸਕੇ। ਸੋ ਇਸ ਗੱਲ ਦਾ ਜਿਹੜਾ ਖਾਸ ਖਿਆਲ ਰੱਖੋ, ਤੁਸੀਂ ਇੱਥੋਂ ਮੂਵ ਹੋ ਰਹੇ ਆ, ਇਹੋ ਜਿਹੇ ਕੰਟਰੀਆਂ 'ਚ ਜਾਓ ਜਾਂ ਇਹੋ ਜਿਹੀ ਜਗ੍ਹਾ ਜਾਓ ਜਿੱਥੇ ਤੁਹਾਨੂੰ ਜ਼ਿਆਦਾ ਪਬਲਿਕਲੀ ਜਿਹੜਾ ਵਾ ਨਾ ਜਾਣਾ ਪਵੇ, ਨਾ ਟਰਾਂਸਪੋਰਟ ਯੂਜ਼ ਕਰਨੀ ਪਵੇ। ਸੋ ਉਹਦੇ 'ਚ ਤੁਹਾਨੂੰ ਜਿਹੜਾ ਫਾਇਦਾ ਹੋਊਗਾ। ਸੋ ਇੱਕ ਖਬਰ ਤੁਹਾਨੂੰ ਸ਼ੇਅਰ ਕਰਨੀ ਸੀ, ਬਾਕੀ ਅੱਗੇ ਵੀ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੇ ਨੀਦਰਲੈਂਡ ਦੇ ਵਿੱਚ ਜਾਂ ਇਹੋ ਜਿਹੀਆਂ ਕੰਟਰੀਆਂ ਦੇ ਵਿੱਚ ਕੰਮ ਕਰਦੇ ਜਿੱਥੇ ਜ਼ਿਆਦਾ ਸਖਤਾਈ ਹੈ।